ਅੱਜ ਜਿੱਦਾਂ ਹਾਈ ਕੋਰਟ ਨੇ ਆਦੇਸ਼ ਦੇਤੇ ਸੀਗੇ ਕਿ ਜਿਹੜੀ ਚੀਫ ਮਿਨਿਸਟਰ ਦੇ 500 ਮੀਟਰ ਦੀ ਰੋਡ ਆ ਉਹਨੂੰ ਖੋਲ੍ਹਣ ਦੇ ਆਦੇਸ਼ ਦੇਤੇ ਸੀ ਟ੍ਰਾਇਲ ਬੇਸਿਸ 'ਤੇ, ਉਹਦੇ ਅਗੇਂਸਟ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਸਾਰੇ ਇਸ਼ੂ ਨੂੰ ਅੱਛੇ ਨਾਲ ਸੁਣਿਆ ਅਤੇ ਬੜਾ ਅੱਛਾ ਡਿਸੀਜ਼ਨ ਦਿੱਤਾ, ਸਿਕਿਉਰਿਟੀ ਨਾ ਲੈਪਸ ਹੋਵੇ ਸੀ ਐੱਮ ਦੀ। ਪੰਜਾਬ ਦੇ ਹਾਲਾਤ ਦੇਖਦੇ ਹੋਏ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਆਰਡਰ ਨੂੰ ਸਟੇ ਕਰਤਾ, ਜਿਹੜਾ ਉਹਨਾਂ ਨੇ ਕਿਹਾ ਸੀ ਕਿ ਟ੍ਰਾਇਲ ਬੇਸਿਸ 'ਤੇ 500 ਮੀਟਰ ਦੀ ਜਿਹੜੀ ਸੜਕ ਹੈ ਉਹ ਖੋਲ੍ਹਣ ਦਾ ਜਿਹੜਾ ਆਦੇਸ਼ ਦਿੱਤਾ ਸੀ ਉਹਨੂੰ ਸੁਪਰੀਮ ਕੋਰਟ ਨੇ ਸਟੇ ਕਰਤਾ। ਅੱਜ ਪੰਜਾਬ ਵੱਲੋਂ ਵੀ ਏ ਜੀ ਅਪੇਅਰ ਹੋਏ ਔਰ ਯੂ ਟੀ ਚੰਡੀਗੜ੍ਹ ਵੱਲੋਂ ਸੋਲੀਸੀਟਰ ਜਨਰਲ ਮਿਸਟਰ ਤੁਸ਼ਾਰ ਮਹਿਤਾ ਜੀ ਅਪੇਅਰ ਹੋਏ, ਜਿਨ੍ਹਾਂ ਨੇ ਇਸ ਗੱਲ ਨੂੰ ਸਪੋਰਟ ਕੀਤਾ ਕਿ ਇੰਟੈਲੀਜੈਂਸ ਦਾ ਕੰਮ ਹੈ ਇਹ 'ਚ, ਕੋਰਟ ਨੂੰ ਜਾਂ ਸਾਨੂੰ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਇੰਟੈਲੀਜੈਂਸ ਇੱਕ ਰਿਪੋਰਟ ਬਣਾਉਂਦੀ ਹੈ, ਉਹ ਚਾਹੇ ਆਈ ਬੀ ਹੋਵੇ ਚਾਹੇ ਸੈਂਟਰ ਦੀ ਇੰਟੈਲੀਜੈਂਸ ਰਿਪੋਰਟ ਹੋਵੇ, ਉਹ ਰਿਪੋਰਟ ਡਿਸਾਈਡ ਕਰਦੀ ਹੈ ਕਿ ਕਿੰਨਾ ਏਰੀਆ ਬੰਦ ਰਹੇਗਾ ਔਰ ਕਿੰਨਾ ਏਰੀਆ ਖੁੱਲ੍ਹਾ ਰਹੇਗਾ। ਔਰ ਸੁਪਰੀਮ ਕੋਰਟ ਨੇ ਇੱਕ ਬਹੁਤ ਵੱਡਾ ਇਸ਼ੂ ਇਹਦੇ 'ਚ ਪੁਆਇੰਟ ਕੀਤਾ, ਉਹਨਾਂ ਨੇ ਕਿਹਾ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ, ਜਿਹੜਾ ਇੱਕ ਸਾਡੇ ਸਾਰਿਆਂ ਲਈ ਬਹੁਤ ਵੱਡਾ ਇਸ਼ੂ ਹੈ ਕਿ ਪਬਲਿਕ ਇਨਕਨਵੀਨੀਅੰਸ ਹੁੰਦੀ ਹੈ। ਉਹਦੇ 'ਤੇ ਸੁਪਰੀਮ ਕੋਰਟ ਨੇ ਸਪੈਸੀਫਿਕਲੀ ਕਿਹਾ ਕਿ ਪੰਜਾਬ ਸਰਕਾਰ ਨੂੰ ਯੂ ਟੀ ਨੂੰ ਧਿਆਨ ਦੇਣਾ ਚਾਹੀਦਾ ਕਿ ਇਹਦੇ ਕਾਰਨ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ। ਇਹ ਜਿਹੜਾ ਰਸਤਾ ਹੈ ਨਾ ਜਿਹੜਾ ਚੀਫ ਮਿਨਿਸਟਰ ਦੇ ਘਰ ਦਾ 500 ਮੀਟਰ ਦਾ, ਉਹ 1980 ਦਾ ਬੰਦ ਹੈ, ਉਹ ਟੈਰਰਿਜ਼ਮ ਦੇ ਕਾਰਨ ਇਹ ਬੰਦ ਕੀਤਾ ਗਿਆ। ਅਤੇ ਸੁਪਰੀਮ ਕੋਰਟ ਦੇ ਸਾਹਮਣੇ ਸਾਰੇ ਇਸ਼ੂ ਲਿਆਉਂਦੇ ਗਏ, ਜਿੱਦਾਂ ਸਾਡੇ ਪੰਜਾਬ ਦਾ ਪੁੱਤਰ ਸਿੱਧੂ ਮੂਸੇਵਾਲਾ ਉਹਨੂੰ ਮਰਡਰ ਕਰਤਾ, ਉਹਦਾ ਹੱਤਿਆ ਕਰਤੀ ਉਹਦੀ ਸਰੇਆਮ, ਇਹ ਕਾਰਨ ਸਿਕਿਉਰਿਟੀ ਲੈਪਸ ਨਾ ਹੋਵੇ, ਉਹਦੀ ਵੀ ਸਿਕਿਉਰਿਟੀ ਵਾਪਸ ਲਿੱਤੀ ਗਈ ਸੀ ਇਸ ਕਾਰਨ ਉਹਦੀ ਹੱਤਿਆ ਕੀਤੀ ਗਈ। ਇਹ ਸਾਰੇ ਇਸ਼ੂ ਨੂੰ ਧਿਆਨ ਰੱਖਦੇ ਹੋਏ ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਆਰਡਰ ਸਟੇ ਕੀਤਾ ਔਰ ਸਾਡੀ, ਮੈਂ ਮੰਨਦਾ, ਇੱਕ ਇੰਟੈਲੀਜੈਂਸ ਦੀ ਬਹੁਤ ਵੱਡੀ ਜਿੱਤ ਹੈ, ਕਿਉਂਕਿ ਇਟ ਇਜ਼ ਟੋਟਲੀ ਇੰਟੈਲੀਜੈਂਟ ਡੋਮੇਨ, ਸਾਨੂੰ ਇਹਦੇ 'ਤੇ ਕੁਛ ਨਹੀਂ ਕਹਿਣਾ ਚਾਹੀਦਾ। ਇੰਟੈਲੀਜੈਂਸ ਹੈਜ਼ ਟੂ ਟੇਕ ਐਨ ਐਕਸ਼ਨ। ਜਿਹੜਾ ਇਸ਼ੂ ਇਹ ਹੈ ਕਿ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ, ਉਹ 'ਚ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦੇ ਦਿੱਤੀ ਕਿ ਕੋਈ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ। ਅਗਲੀ ਸੁਣਵਾਈ ਇਹ ਸਮਰ ਵੀਕੇਸ਼ਨ ਤੋਂ ਬਾਅਦ ਅਗਲੀ ਸੁਣਵਾਈ ਲਿੱਤੀ ਜਾਏਗੀ, ਕਿਉਂਕਿ ਅਰਜੈਂਸੀ ਕੋਈ ਨਹੀਂ ਹੈ। ਆਰਡਰ ਸਟੇ ਕਰਤਾ ਹੋਇਆ ਹਾਈ ਕੋਰਟ ਦਾ, ਰੋਡ ਜਿਹੜੀ 500 ਮੀਟਰ ਦੀ ਉਹ ਬਲੋਕ ਹੈ, ਬਲੋਕ ਹੀ ਰਹੇਗੀ ਫੋਰ ਦਾ ਸਿਕਿਉਰਿਟੀ ਪਰਪਸਿਸ। ਮੇਰਾ ਨਾਮ ਵਰੁਣ ਚੁਗਾ, ਐਡਵੋਕੇਟ ਸੁਪਰੀਮ ਕੋਰਟ ਆਫ ਇੰਡੀਆ, ਮੈਂ ਯੂ ਟੀ ਚੰਡੀਗੜ੍ਹ ਕੇ ਪੈਨਲ ਪੇ ਇਸ ਮੈਟਰ ਮੈਂ ਥਾ।